ਪੰਜ ਪਿਆਰੇ ਜਦੋਂ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ, ਸਿੱਖਿਆ ਦਿੰਦੇ ਨੇ, ਭਾਈ ਇਹ ਪੰਜ ਬਾਣੀਆਂ ਹਨ, ਬ੍ਰਹਮ ਗਿਆਨ ਦੀ ਦਾਤੀ ਜਪਜੀ ਸਾਹਿਬ ਬਾਣੀ ਹੈ, ਜਾਪ ਸਾਹਿਬ ਸਤਸੰਗ ਜੀ ਨਿਰਾਕਾਰ ਵਿੱਚ ਆਪਾਂ ਨੂੰ ਲੀਨ ਕਰਦਾ ਹੈ, ਜਿਉਂ ਜਲ ਮੈਂ ਜਲ ਆਏ ਖਟਾਨਾ ਤੋਂ ਜੋਤੀ ਸੰਘ ਜੋਤ ਸਮਾਨਾ, ਨਿਰਾ ਵੈਬ ਜਿਹੜਾ ਸਤਸੰਗ ਜੀ ਦਾ ਅੰਗ ਪ੍ਰਤੰਗ ਕੋਈ ਨਹੀਂ ਹੈ, ਚੱਕਰ ਚਿਹਨ ਆਦਿ ਕੋਈ ਨਹੀਂ ਸਤਸੰਗ ਜੀ ਜਿਸਦਾ, ਨਾ ਰਾਗੰਗ ਨਾ ਰੰਗੰਗ ਨਾ ਰੂਪੰਗ ਨਾ ਰੇਖੰਗ, ਐਸਾ ਜੋ ਨਿਰਾਕਾਰ ਨਿਰਗੁਣ ਸਰੂਪ ਹੈ ਉਹਦਾ ਅਸਤੋਤਰ ਹੈ ਸਾਰਾ ਹੀ। ਨਿਰਗੁਣ ਸਰੂਪ ਵਿੱਚ ਲੀਨ ਹੋਣ ਵਾਸਤੇ ਖਾਲਸਾ ਜੀ ਇਹਦਾ ਅਭਿਆਸ ਜਪਜੀ ਸਾਹਿਬ ਦਾ ਕਰੀਦਾ, ਜਾਪ ਸਾਹਿਬ ਦਾ ਕਰੀਦਾ ਹੈ। ਨਾਲ ਹੀ ਸਤਸੰਗਤ ਜੀ ਬਰਾਗ ਦੀ ਉਤਪਤੀ ਕਰਨ ਵਾਸਤੇ ਸਵਈਏ ਮਹਾਰਨ ਬਖਸ਼ ਕੀਤੀ ਹੈ, ਕਿੱਡੇ ਕਿੱਡੇ ਰਾਜ ਭਾਗ ਪ੍ਰਾਪਤ ਹੋ ਜਾਣ ਉਹ ਵੀ ਭਾਈ ਨੰਗੇ ਪੈਰੀ ਤੁਰੇ ਜਾਂਦੇ ਹਨ। ਜਿਤਨੀ ਸੰਸਾਰ ਦੀ ਮਾਇਆ ਸਾਥ ਦੇਣ ਵਾਲੀ ਨਹੀਂ ਹੈ, ਬਰਾਗ ਨੂੰ ਪੈਦਾ ਕਰਨ ਵਾਸਤੇ ਖਾਲਸਾ ਜੀ ਸਵਈਏ ਹਨ ਤੀਜੇ ਨੰਬਰ ਤੇ ਬਾਣੀ। ਬਿਨ ਬੈਰਾਗ ਨਾ ਛੂਟ ਸਮਾਇਆ, ਬਿਨਾਂ ਬਰਾਗ ਤੋਂ ਮਾਇਆ ਦੀ ਖਿੱਚ ਨਹੀਂ ਛੁੱਟਦੀ, ਜਿੰਨਾ ਚਿਰ ਮਾਇਆ ਦੀ ਖਿੱਚ ਆ ਉਨਾ ਚਿਰ ਸਤਸੰਗ ਜੀ ਨਾਮ ਪ੍ਰੇਮ ਦੇ ਨਾਲ ਜਪ ਨਹੀਂ ਸਕਦੇ, ਭਜਨ ਦੀ ਖਿੱਚ ਨਹੀਂ ਹੋ ਸਕਦੀ। ਨਾਲ ਹੀ ਸਤਸੰਗ ਚੌਥੀ ਬਾਣੀ ਜਪ ਚੌ ਪਈ ਹੈ, ਇਹ ਰੱਖਿਆ ਅਰਥੇ ਹੈ। ਸਤਿਗੁਰੂ ਜੀ ਹਰ ਤਰ੍ਹਾਂ ਕਰਕੇ ਆਪਣੇ ਸਿੱਖ ਦੀ ਰੱਖਿਆ ਕਰਦੇ ਨੇ। ਪੰਜਵੀਂ ਬਾਣੀ ਸਤਸੰਗ ਆਨੰਦ ਸਾਹਿਬ ਹੈ ਜਿਹੜੀ, ਇਹ ਜੀਵਨ ਮੁਕਤੀ ਦਾ ਆਨੰਦ ਮਾਨਣ ਵਾਸਤੇ ਹੈ। ਜਿਹੜੇ ਸਤਸੰਗ ਜੀ ਆਨੰਦ ਸਾਹਿਬ ਦੇ ਅਭਿਆਸੀ ਗੁਰਮੁਖ ਹਨ, ਚਾਲੀ ਚਾਲੀ ਪਾਠ ਰੋਜ਼ ਆਨੰਦ ਸਾਹਿਬ ਦੇ ਕਰਦੇ ਕਈ ਬਹੁਤ ਸਾਰੇ ਗੁਰਮੁਖ, ਜੀਵਨ ਮੁਕਤ ਸੋ ਆਖੀਆ ਮਰ ਜੀਵੈ ਮਰੀਆ, ਉਹ ਜਿਉਂਦੇ ਹੀ ਮੁਕਤ ਨੇ ਖਾਲਸਾ ਜੀ। ਮਰਨ ਮੁਕਤ ਕਿਨ ਪਾਈ, ਮਰ ਕੇ ਖਵਨੀ ਮੁਕਤੀ ਮਿਲਣੀ ਆ ਖਵਨੀ ਨਹੀਂ, ਉਹਨਾਂ ਗੁਰਮੁਖਾਂ ਤਾਂ ਭਾਈ ਜਿਉਂਦੇ ਹੀ ਮੁਕਤ ਨੇ, ਇੰਨੇ ਨਿਰਲੇਪ ਰਹਿੰਦੇ ਸੰਸਾਰ ਤੋਂ। ਇਹ ਪੰਜ ਬਾਣੀਆਂ ਦਾ ਮਹੱਤਵ ਹੈ। ਇਸ ਨਾਲ ਅੱਜ ਤਾਂ ਸਾਡੇ ਲੋਕ ਸਤਸੰਗ ਜੀ ਕੱਟਣ ਲੱਗ ਗਏ, ਕਹਿੰਦੇ ਨਹੀਂ ਤਿੰਨ ਹੀ ਬਥੇਰੀਆਂ ਨੇ, ਪੰਜ ਤਾਂ ਮਹਾਰਾਜ ਨੇ ਰਹਿ ਰਾਸਤੇ ਅਖੀਰ ਸਰੋਂ ਨਾਲ ਮੇਲਿਆ। ਐਸੀਆਂ ਰੇਚਾਂ ਕਰਦੇ ਖਾਲਸਾ ਜੀ, ਉਹਨਾਂ ਦੇ ਕਹੇ ਨਹੀਂ ਲੱਗਣਾ। ਸ਼ਾਮ ਦੀਆਂ ਦੋ ਬਾਣੀਆਂ ਹਨ, ਜਿਹਨੇ ਸਤਸੰਗ ਜੀ ਸੱਚਖੰਡ 'ਚ ਥਾਂ ਪ੍ਰਾਪਤ ਕਰਨੀ ਹੈ, ਉਹ ਰਹਿ ਰਾਸ ਤੋਂ ਕਦੇ ਨਾਗਾ ਨਾ ਪਾਵੇ, ਆਪਾਂ ਜਿਵੇਂ ਭਾਵਨਾ ਨਾਲ ਸੁਣਦੇ ਹਾਂ। ਇਸੇ ਤਰ੍ਹਾਂ ਸਤਸੰਗ ਜੀ ਕੀਰਤਨ ਸੋਹਲਾ ਹੈ, ਕੀ ਪਤਾ ਕਦੋਂ ਸਵਾਸ ਨਿਕਲ ਜਾਣੇ ਨੇ। ਜਿਹੜੇ ਪ੍ਰੇਮੀ ਨੇ ਸਤਸੰਗਤ ਜੀ ਰੋਜ਼ ਸੁਖਣੀ ਕੀਰਤਨ ਸੋਹਲਾ ਪੜ੍ਹ ਕੇ ਸਤਸੰਗ ਜੀ ਪੈਣਾ, ਇੱਕ ਤਾਂ ਘਰ ਨੂੰ ਚੋਰ ਨਹੀਂ ਲੱਗਦੇ, ਨਾ ਹੀ ਸਤਸੰਗ ਜੀ ਕੋਈ ਡਰ ਆਉਂਦਾ, ਕਹਿੰਦਾ ਮੈਨੂੰ ਤਾਂ ਰਾਤ ਨੂੰ ਡਰ ਲਾ ਕੇ ਉੱਠਦਾ ਮੈਂ, ਇਹ ਸਭ ਵਿਘਨ ਚੱਕੇ ਜਾਂਦੇ। ਜੇ ਸੁੱਤੇ ਪਏ ਦੀ ਕਿਤੇ ਮੌਤ ਦਾ ਸਮਾਂ ਆ ਜਾਵੇ, ਜਮ ਨਹੀਂ ਨੇੜੇ ਆਉਂਦੇ ਜਿਹਦਾ ਕੀਰਤਨ ਸੋਹਲਾ ਪੜ੍ਹਿਆ ਹੋਇਆ। ਐਡਾ ਵੱਡਾ ਮਹਾਤਮ ਖਾਲਸਾ ਜੀ ਇਹਨਾਂ ਬਾਣੀਆਂ ਦਾ ਹੈ। ਸੋ ਸਤਿਗੁਰੂ ਜੀ ਦੇ ਚਰਨਾਂ 'ਚ ਪ੍ਰੀਤੀ ਹੋਵੇ ਔਰ ਨੇਚਾ ਵੀ ਹੋਵੇ ਤਾਂ ਫਲ ਮਿਲਦਾ ਹੈ। ਆਪ ਜੀ ਦੱਸਦੇ ਹਨ, ਸੁਖੀ ਹੋਏ ਨਾ ਅਵਗਤ ਪਾਵੇ।